ਸਾਡੇ ਦੇਸ਼ ਦੇ ਬਹੁਤ ਸਾਰੇ ਲਿਖਾਰੀ ਆਪਣੇ ਮੁਲਕ ਤੋਂ ਬਾਹਰ ਵੀ ਰਹਿੰਦੇ ਨੇ, ਖਾਸ ਤੌਰ ਤੇ ਪੰਜਾਬੀ ਲਿਖਾਰੀ ਕੈਨੇਡਾ ਦੇ ਵਿੱਚ, ਅਮਰੀਕਾ ਤੇ ਦੂਜੇ ਮੁਲਕਾਂ ਦੇ ਵਿੱਚ ਆਪਣੇ ਕੰਮਕਾਰ ਦੇ ਸਿਲਸਿਲੇ 'ਚ ਗਏ ਤੇ ਉੱਥੇ ਦੇ ਹੋ ਕੇ ਰਹਿ ਗਏ। ਉਹਨਾਂ ਵਿੱਚੋਂ ਡਾਕਟਰ ਨਈਮ ਕੋਹਲੀ ਦਾ ਨਾਮ ਵੀ ਪੰਜਾਬੀ ਸ਼ਾਇਰਾਂ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਡਾਕਟਰ ਨਈਮ ਕੋਹਲੀ ਦੀ ਪੈਦਾਇਸ਼ ਜਿਹੜਾ ਹੈ ਉਹ ਚੀਚਾ ਵਤਨੀ ਵਿੱਚ ਹੋਈ ਸੀ, ਲੇਕਿਨ ਉਹ ਅੱਜ ਤੋਂ 40 ਸਾਲ ਪਹਿਲੇ ਆਪਣੇ ਮੁਲਕ ਨੂੰ ਛੱਡ ਕੇ ਰੋਜ਼ੀ ਰੋਟੀ ਲਈ ਬਾਹਰ ਚਲੇ ਗਏ ਸਨ। ਬਾਹਰ ਤੋਂ ਮੁਰਾਦ ਅਮਰੀਕਾ ਚਲੇ ਗਏ ਸਨ। ਉੱਥੇ ਜਾਣ ਤੋਂ ਬਾਅਦ ਵੀ ਉਹਨਾਂ ਨੇ ਲਿਖਣ ਪੜ੍ਹਨ ਦਾ ਕੰਮ ਨਹੀਂ ਛੱਡਿਆ ਤੇ ਉਰਦੂ ਸ਼ਾਇਰੀ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਸ਼ਾਇਰੀ ਕਰਦੇ ਰਹੇ। ਉਹਨਾਂ ਦੇ ਕਹਿਣ ਮੁਜਬ ਉਹਨਾਂ ਇਹ ਸ਼ਾਇਰੀ ਹੋਰ ਦੋਸਤਾਂ ਨੂੰ ਵੀ ਦਿੱਤੀ, ਵਿਖਾਈ, ਜਿਹੜੇ ਪੰਜਾਬੀ ਦੇ ਵਿੱਚ ਸ਼ਾਇਰੀ ਕਰਦੇ ਸਨ, ਤੇ ਉਹਨਾਂ ਉਹਨਾਂ ਨੂੰ ਬੜੀ ਹੌਸਲਾ ਅਫਜ਼ਾਈ ਕੀਤੀ, ਜਿਹਦੇ ਨਾਲ ਉਹ ਅੱਗੇ ਵਧੇ ਤੇ ਆਪਣੀ ਸ਼ਾਇਰੀ ਦੀ ਕਿਤਾਬ ਛਪਵਾਉਣ ਵਾਲਾ ਹੈ। ਬੰਦਾ ਆਪਣੇ ਦੇਸ਼ ਨੂੰ ਛੱਡ ਕੇ ਬਾਹਰ ਤੇ ਚੱਲਾ ਜਾਂਦਾ ਹੈ ਰੋਜ਼ੀ ਰੋਟੀ ਵਾਸਤੇ, ਮਗਰ ਉਹ ਆਪਣੇ ਕਲਚਰ ਨੂੰ, ਆਪਣੇ ਦੋਸਤਾਂ ਨੂੰ ਤੇ ਆਪਣੇ ਇਲਾਕੇ ਨੂੰ ਪੂਰੀ ਜ਼ਿੰਦਗੀ ਨਹੀਂ ਭੁੱਲ ਸਕਦਾ। ਡਾਕਟਰ ਨਈਮ ਕੋਹਲੀ ਵੀ ਨਾ ਤੇ ਆਪਣੀ ਜ਼ੁਬਾਨ ਨੂੰ ਭੁੱਲੇ, ਨਾ ਕਲਚਰ ਨੂੰ ਭੁੱਲੇ ਤੇ ਨਾ ਆਪਣੇ ਦੋਸਤਾਂ ਨੂੰ ਭੁੱਲੇ। ਜਿਹਦੀ ਮਿਸਾਲ ਉਹਨਾਂ ਦੀ ਕਿਤਾਬ ਸ਼ਾਮ ਤੋਂ ਪਹਿਲਾਂ ਆਈਆਂ ਰਾਤਾਂ ਸਾਡੇ ਸਾਹਮਣੇ ਹੈ। ਇਹ ਕਿਤਾਬ ਬੁੱਕ ਹੋਮ ਨੇ ਛਾਪੀ ਹੈ ਤੇ ਮੈਨੂੰ ਇਸ ਫੇਰੇ ਜਦੋਂ ਮੈਂ ਲਾਹੌਰ ਗਿਆ ਤੇ ਮੈਨੂੰ ਉਹਨਾਂ ਦਿੱਤੀ, ਰਾਣਾ ਅਬਦੁਲ ਰਹਿਮਾਨ ਸਾਹਿਬ ਤੇ ਸਰਵਰ ਨੇ ਪੇਸ਼ ਕੀਤੀ। ਇਸ ਕਿਤਾਬ ਦਾ ਇੰਤਸਾਫ ਉਹਨਾਂ ਆਪਣੀ ਮਾਂ ਦੇ ਨਾਂ ਕੀਤਾ ਤੇ ਉਦੋਂ ਬਾਅਦ ਸਲੀਮ ਰਹਿਮਾਨ ਸਾਹਿਬ ਦੇ ਨਾਂ ਉੱਤੇ ਇੱਕ ਮਜ਼ਮੂਨ ਲਿਖਿਆ ਇੱਕ ਦੋ ਗੱਲਾਂ ਦੇ ਨਾਂ ਨਾਲ। ਇਹਦੇ ਨਾਲ ਨਾਲ ਜ਼ਫਰ ਇਕਬਾਲ ਸਾਡੇ ਬਹੁਤ ਹੀ ਮਸ਼ਹੂਰ ਸ਼ਾਇਰ ਔਰ ਲਿਖਣ ਵਾਲੇ ਨੂੰ, ਖਾਸ ਤੌਰ ਤੇ ਕਾਲਮ ਨਿਗਾਰ, ਉਹਨਾਂ ਇੱਕ ਅਖਬਾਰ ਵਿੱਚ ਇਹਨਾਂ ਦੀ ਕਿਤਾਬ ਦੇ ਉੱਤੇ ਸ਼ਾਇਰੀ ਦੇ ਉੱਤੇ ਕਾਲਮ ਲਿਖਿਆ ਜਿਹੜਾ ਇਹਦੇ ਵਿੱਚ ਸ਼ਾਮਿਲ ਹੈ। ਉਹ ਮਜ਼ਮੂਨ ਤੇ ਨਹੀਂ ਕਿਹਾ ਜਾ ਸਕਦਾ, ਕਾਲਮ ਹੀ ਜ਼ਾਹਿਰ ਕਾਲਮ ਹੁੰਦਾ ਤੇ ਗੋ ਕਿ ਜ਼ਫਰ ਇਕਬਾਲ ਸਾਹਿਬ ਖੁਦ ਜਿਹੜਾ ਹੈ ਬੜਾ ਅੱਛਾ ਲਿਖਦੇ ਨੇ ਔਰ ਇੱਕ ਵੱਡਾ ਨਾਂ ਹੈ ਪਾਕਿਸਤਾਨ ਦੇ ਵਿੱਚ ਸ਼ਾਇਰੀ ਦਾ। ਇਸ ਤੋਂ ਇਲਾਵਾ ਡਾਕਟਰ ਮੁਹੰਮਦ ਜ਼ਕਰੀਆ ਔਰਾਂ ਦਾ ਮਜ਼ਮੂਨ ਵੀ ਇਸ ਕਿਤਾਬ ਦੇ ਵਿੱਚ ਸ਼ਾਮਿਲ ਹੈ ਤੇ ਇਹਦੇ ਨਾਲ ਨਾਲ ਨਦੀਮ ਅਖਤਰ ਨਦੀਮ ਔਰਾਂ ਵੀ ਇਸ ਕਿਤਾਬ ਦੇ ਉੱਤੇ ਤਬਸਰਾ ਕੀਤਾ ਹੈ। ਵਿਚਲੀ ਗੱਲ ਦੇ ਨਾਲ ਨਾਲ ਖੁਦ ਨਈਮ ਕੋਹਲੀ ਔਰਾਂ ਆਪਣੇ ਬਾਰੇ ਤੇ ਆਪਣੀ ਜ਼ਿੰਦਗੀ ਦੀ ਸ਼ਾਇਰੀ ਦੇ ਬਾਰੇ 'ਚ ਇਸ ਕਿਤਾਬ ਦੇ ਵਿੱਚ ਸਾਨੂੰ ਦੱਸਿਆ ਹੈ ਕਿ ਉਹ ਕਿਤਾਬ ਉਹਨੇ ਸ਼ਾਇਰੀ ਕਿਵੇਂ ਸ਼ੁਰੂ ਕੀਤੀ ਤੇ ਕਿਸ ਤਰ੍ਹਾਂ ਉਹ ਇੱਥੇ ਅੱਗੇ ਵਧੇ ਔਰ ਇਹ ਕਿਤਾਬ ਸਾਡੇ ਸਾਹਮਣੇ ਲਿਆਂਦੀ ਉਹਨੂੰ। ਅਸੀਂ ਜਦੋਂ ਉਸ ਕਿਤਾਬ 'ਤੇ ਝਾਤੀ ਮਾਰਦੇ ਹਾਂ ਤਾਂ ਵੇਖਦੇ ਹਾਂ ਕਿ ਛੋਟੀਆਂ ਛੋਟੀਆਂ ਨਜ਼ਮਾਂ, ਪਾਬੰਦ ਤੇ ਫਿਰ ਗਜ਼ਲਾਂ, ਫਿਰ ਦੂਜੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਹਨ, ਜਿਸ ਤੋਂ ਅੰਦਾਜ਼ਾ ਲੱਗਦਾ ਲਾਇਆ ਜਾ ਸਕਦਾ ਹੈ ਕਿ ਨਈਮ ਕੋਹਲੀ ਇੱਕ ਮੰਜੇ ਹੋਏ ਸ਼ਾਇਰ ਨੇ ਔਰ ਇਹਨਾਂ ਉੱਤੇ ਲਿਖਣ ਵਾਲੇ ਵੀ ਇਸ ਬਾਰੇ ਇਸ਼ਾਰਾ ਕੀਤਾ ਹੈ ਕਿ ਉਹ ਬਹੁਤ ਅੱਛੇ ਸ਼ਾਇਰ ਹਨ। ਅੱਛਾ, ਇਸ ਕਿਤਾਬ ਦੇ ਪੜ੍ਹਨ ਲੱਗੇ ਸਾਨੂੰ ਇੱਕ ਹੋਰ ਚੀਜ਼ ਵੀ ਸਾਹਮਣੇ ਸਾਡੇ ਆਉਂਦੀ ਹੈ ਕਿ ਉਹ ਇਹ ਕਿ ਇਹਨਾਂ ਨੂੰ ਬੜਾ ਦੁੱਖ ਹੈ ਇਸ ਗੱਲ ਦਾ ਕਿ ਅਮਰੀਕਾ 'ਚ ਰਹਿੰਦੇ ਹੋਏ ਪਾਕਿਸਤਾਨ ਦੇ ਜਿਹੜੇ ਦੂਜੇ ਇੱਥੋਂ ਗਏ ਲੋਕ ਨੇ ਉਹ ਆਪਣੀ ਆਪਣੀ ਮਾਂ ਬੋਲੀ ਦੇ ਵਿੱਚ ਗੱਲ ਕਰਦੇ ਨੇ ਆਪਣੇ ਬੱਚਿਆਂ ਨਾਲ, ਜਿਵੇਂ ਸਿੰਧੀ, ਪਸ਼ਤੋ ਤੇ ਬਲੋਚੀ ਬੋਲਣ ਵਾਲੇ ਟੱਬਰ ਉੱਥੇ ਰਹਿੰਦੇ ਨੇ, ਪਰ ਆਪਣੇ ਪੰਜਾਬੀ ਜਿਹੜੇ ਸਾਡੇ ਨੇ ਉਹ ਮਾਪੇ ਆਪਣੇ ਬੱਚਿਆਂ ਨਾਲ ਪੰਜਾਬੀ ਨਹੀਂ ਬੋਲਦੇ, ਸਗੋਂ ਉਰਦੂ ਬੋਲਦੇ ਨੇ ਜਾਂ ਅੰਗਰੇਜ਼ੀ ਬੋਲਦੇ ਨੇ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਆਪਣੀ ਮਾਦਰੀ ਜ਼ਬਾਨ ਨਾਲ ਕਿਤਨੀ ਮੁਹੱਬਤ ਹੈ ਔਰ ਉਹ ਇਸ ਵੱਲ ਸਾਡਾ ਧਿਆਨ ਕਿਸ ਤਰ੍ਹਾਂ ਦਿਵਾਉਣਾ ਚਾਹੁੰਦੇ ਨੇ। ਉਹਨਾਂ ਦੀ ਇੱਕ ਗਜ਼ਲ ਤੁਹਾਡੇ ਸਾਹਮਣੇ ਮੈਂ ਪੇਸ਼ ਕਰਦਾ। ਨਾ ਬੁਝੀਆਂ ਨਾ ਪਾਈਆਂ ਬਾਤਾਂ, ਨਾ ਬੁਝੀਆਂ ਨਾ ਪਾਈਆਂ ਬਾਤਾਂ, ਸ਼ਾਮ ਤੋਂ ਪਹਿਲੇ ਆਈਆਂ ਰਾਤਾਂ, ਸ਼ਾਮ ਤੋਂ ਪਹਿਲਾਂ ਆਈਆਂ ਰਾਤਾਂ, ਘਰ ਨੂੰ ਬਾਲ ਕੇ ਚਾਨਣ ਕੀਤਾ ਹੋਰ ਵੀ ਗੂੜੀਆਂ ਛਾਈਆਂ ਰਾਤਾਂ, ਜਿਹਦੇ ਹਨੇਰਿਆਂ ਭੇਦ ਛੁਪਾਏ ਹੋਈਆਂ ਅੱਜ ਪਰਾਈਆਂ ਰਾਤਾਂ, ਹੋਈਆਂ ਅੱਜ ਪਰਾਈਆਂ ਰਾਤਾਂ, ਹਨੇਰੇ ਦੇ ਵਿੱਚ ਢੋ ਢੋ ਲੱਭਦੇ, ਹਨੇਰੇ ਦੇ ਵਿੱਚ ਢੋ ਢੋ ਲੱਭਦੇ, ਚਾਨਣ ਵਿੱਚ ਗਵਾਈਆਂ ਰਾਤਾਂ, ਚਾਨਣ ਵਿੱਚ ਗਵਾਈਆਂ ਰਾਤਾਂ,
और सपनी दी अख बन के तारे, सपनी दी अख बन के तारे देंदे सानू साइयां रातां, देंदे सानू साइयां रातां। केदिया नजरां खा गईयां ने, केदिया नजरां खा गईयां ने सदरां नाल सजाइयां रातां, केदिया नजरां खा गईयां ने सदरां नाल सजाइयां रातां। खौरे कादी पिछा छड़न, खौरे कादी पिछा छड़न मेरिया सोनिया साइयां रातां, खौरे कादी पिछा छड़न मेरिया सोनिया साइयां रातां। इस तो पहले नहीम महमूद कोहली होरें दी किताब उर्दू दे विच भी आ चुकी है, जिहदा नां है आप होते नखाब होते। और इहदे नाल इस तों इलावा एक होर किताब उर्दू दी शायरी दी इहनां दी ज़ेर तरतीब है। बहरहाल है जिहड़ी पंजाबी दी किताब है, बुक होम वाले ने इस किताब नूं छापिया है और बड़ी सोहणी किताब छापी बुक होम वाले ने। अब्दुलरहमान ते सरवर बहुत मेहनत करदे ने किताबां छापण ते वी ते किताबां नूं लोकां तक पहुंचाउण ते वी। ते इहदे नाल नाल खास तौर ते उह लाहौर दे विच पंजाबी दे काज नाल वी जुड़े होए ने, अब्दुलरहमान साहब होण जां सरवर साहब, ते उह किताब नूं उहनां लोकां तक खास तौर ते पहुंचाउंदे ने जिहड़े पंजाबी नाल मुहब्बत करदे ने ते पंजाबी जबान नूं अगे वधाउण दी कोशिश करदे ने। मैनूं खुशी है कि मां बोली दे आलमी दिन दे दिहाड़े उत्ते मैं इस किताब नूं वेख्या ते पढ़िया, ते इस गल दा मैनूं होर चंगी तरह एहसास होया कि डॉक्टर नहीम कोहली अपनी माँ बोली नाल किन्ने प्यार नाल जुड़े हुए और कितनी मुहब्बत करते हैं अपनी बोली नाल। हालांकि वो शुरू चो ना उर्दू च लिखे है और उन्होंने दोवें किताबां जिहड़ी जिवें पहले दस्सिया छप चुकी है, ते जिहड़ी आवेगी वह भी उर्दू च, पर इहदे नाल नाल वो पंजाबी माँ बोली नाल अपनी नाल भी बड़ी मुहब्बत करते हैं। और इस माँ बोली दे आलमी दिन दे उत्ते मैं भी इस किताब दे उत्ते जदों गलबात कर रहा हूँ तो मैं खुशी हो रही है और मैं दाद देना चाहता है नहीम कोहली साहब और कि वो अमरीका च रेंदे हुए भी अपनी माँ बोली दी इतनी खिदमत कर रहे हैं और वो इतनी मुहब्बत।